ਔਰ ਦਵਾਈਆਂ ਸਾਡੇ ਕੋਲ ਐਨੀਆਂ ਚੰਗੀਆਂ ਮੌਜੂਦ ਨੇ ਕਿ ਉਹਦੇ ਨਾਲ ਛਾਈਆਂ ਬਹੁਤ ਹੱਦ ਤੱਕ ਬਿਹਤਰ ਹੋ ਜਾਂਦੀਆਂ ਬਿਲਕੁਲ ਸਹੀ ਨਾਜ਼ਰੀਨ ਅਸੀਂ ਮੁਸਲਮਾਨ ਆ ਔਰ ਇਸਲਾਮ ਦੇ ਵਿੱਚ ਸਫਾਈ ਨਿصف ਇਮਾਨ ਹੈ ਔਰ ਜਲਦੀ امراض ਜਿਹੜੇ ਨੇ ਬਹੁਤ ਸਾਰੇ ਜਲਦੀ امراض ਸਫਾਈ ਦਾ ਅਗਰ ਫਕਦਾਨ ਹੋਵੇ ਕਮੀ ਹੋਵੇ ਤੇ ਉਹਦੇ ਨਾਲ ਹੀ ਹੁੰਦੇ ਨੇ ਇੱਕ ਤਾਂ ਸਾਫ਼ ਸੁਥਰਾ ਜਿਸਮ ਰੱਖਣਾ ਹੈ ਕੱਪੜੇ ਕੋਈ ਜ਼ਰੂਰੀ ਨਹੀਂਗਾ ਕਿ ਬਹੁਤ ਕੀਮਤੀ ਪਹਿਨੋ ਤੇ ਸਾਫ ਸੁਥਰੇ ਧੋਤੇ ਕਪੜੇ ਹੋਣੇ ਚਾਹੀਦੇ ਨੇ ਤੇ ਦੂਸਰਾ ਸੈਲਫ ਮੈਡੀਕੇਸ਼ਨ ਨਹੀਂ ਕਰਨੀ ਆਪਣੇ ਤੌਰ ਤੇ ਦਵਾਈ ਜਿਹੜਾ ਉਹ ਨਹੀਂ ਲੈਣੀ ਤੇ ਪਾਣੀ ਦਾ ਇਸਤੇਮਾਲ ਜਿਹੜਾ ਤੁਸੀਂ ਖੁਸ਼ ਨਸੀਬ ਹੋ ਕਿ ਪਾਣੀ ਮਯੂਸਰ ਹੈ ਪਾਣੀ ਪੀਓ ਤੇ ਫਿਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਸਬਜ਼ੀਆਂ ਔਰ ਫਲ ਜਿਹੜੇ ਨੇ ਦੂਸਰੇ ਮੁਲਕਾਂ ਦੀ ਨਿسبة ਪਾਕਿਸਤਾਨ ਚ ਹਲੇ ਵੀ ਸਸਤੇ ਨੇ ਤੇ ਜਨਾਬ ਇਹ ਸਬਜ਼ੀਆਂ ਫਲ ਖਾਓ ਐਂਟੀਆਕਸੀਡੈਂਟ ਨੇ ਮੁਫਤ ਦੇ ਵਿੱਚ ਤੁਹਾਡਾ ਇਲਾਜ ਹੈ ਤੇ ਫਿਰ ਤੁਸੀਂ ਅਗਰ ਵਿਟਾਮਿਨ ਡੀ ਧੁੱਪ ਤੋਂ ਲੈਂਦੇ ਹੋ ਤੇ 5-10 ਮਿੰਟ 15 ਮਿੰਟ ਧੁੱਪ ਜਿਹੜੀ ਉਹ ਕਾਫੀ ਹੈ ਵਿਟਾਮਿਨ ਡੀ ਵਾਸਤੇ ਤੇ ਐਸੋ ਜ਼ਿਆਦਾ ਨਹੀਂ ਲੈਣੀ ਤੇ ਜਿਸ ਲਈ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤੇ ਤਕਰੀਬਨ ਅੱਧਾ ਘੰਟਾ ਜਾਂ 1 ਘੰਟਾ ਪਹਿਲੇ ਚਿਹਰੇ ਤੇ ਸਨ ਬਲੌਗ ਲਾ ਲਓ ਤੇ ਬਹੁਤ ਸਾਰੀ ਜਿਹੜੀ ਅਲਟਰਾਵਾਇਲਟ ਰੇਜ਼ ਆ ਰਹੀਆਂ ਨੇ ਸੂਰਜ ਵੱਲੋਂ ਉਹ ਤੋਂ ਤੁਸੀਂ ਬਚ ਜਾਓਗੇ ਤੇ ਐਛਾ ਹੋ ਗਿਆ ਤੁਹਾਡਾ ਰੰਗ ਦਾ ਕਲਰ ਜਿਹੜਾ ਹੈ ਇਹ ਡਾਰਕ ਇਸ ਚੀਜ਼ਾਂ ਸਾਰੀਆਂ ਤੁਸੀਂ ਭਾ ਸਕਦੇ ਹੋ ਜਨਾਬ ਪ੍ਰੋਫੈਸਰ ਡਾਕਟਰ ﻋظیم জাহাঙ্গীর ਖਾਨ ਸਾਹਿਬ اور محترمہ ਪ੍ਰੋਫੈਸਰ ਡਾਕਟਰ ਬੁਸ਼ਰਾ ਬशीर ਸਾਹਿਬਾ ਤੁਸੀਂ ਦੋਨੋਂ ਮੂਜ਼ਜ਼ ਮਹਿਮਾਨ ਸਾਡੇ ਸਟੂਡੀਓਜ਼ ਵਿੱਚ تشریف ਲਿਆਏ ਤੁਹਾਡੀ ਆਮਦ ਦਾ ਬੇਅ ਸ਼ੁਕਰੀਆ ਨਾਜ਼ਰੀਨ ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਲਾ ਮੁਕਦਾ ਹੈ ਇਜਾਜ਼ਤ ਦਿਓ ਅੱਲਾ ਬੇਲੀ